ਇਹ ਫਿਰ ਚਾਹ ਚੰਗੀ ਲੱਗੇ ਜੇ ਬਾਈ ਅੱਖਾਂ ਨੂੰ ਹੱਥ ਬੰਨ ਕੇ ਬੇਨਤੀ ਆ ਸਾਰਿਆਂ ਨੂੰ ਆਪਣੇ ਚੈਨਲ ਨੂੰ ਸਰਪੰਕ ਕਰਿਆ ਕਰੋ ਸਾਰੇ ਠੀਕ ਇਹ ਵੋਟਾਂ ਦਾ ਨੋਟਾਂ ਦਾ ਮਸਲਾ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣੇ ਚੈਨਲ 'ਤੇ ਸਵਾਗਤ ਹੈ। ਆਪਣੇ ਚੈਨਲ ਦਾ ਨਾਮ ਸਭ ਨੂੰ ਪਤਾ ਹੀ ਹੈ। ਇੱਕ ਵਾਰ ਆਪਾਂ ਹੋਰ ਦੱਸ ਦਈਏ, ਰਾਜੂ ਗੋਟ ਫਾਰਮ ਦੜਬਾ ਪੰਜਾਬ ਚੈਨਲ। ਅਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਹੈਡੋ ਮੇਲਾ, ਜੋ ਕਿ ਲੁਧਿਆਣੇ ਦੇ ਨਜ਼ਦੀਕ ਸਮਰਾਲੇ ਕੋਲ ਲੱਗਦਾ, ਸਮਰਾਲੇ ਦੀਆਂ ਜੜ੍ਹਾਂ 'ਚ। ਅਤੇ ਬਹੁਤ ਹੀ ਦੂਰ ਪੈ ਗਿਆ ਆਪਾਂ ਨੂੰ ਮੇਲਾ। ਚਲੋ ਕੋਈ ਗੱਲ ਨਹੀਂ, ਅਤੇ ਪਹੁੰਚਿਆ ਮੇਲੇ 'ਚ ਅਤੇ ਬੱਕਰੀਆਂ ਦਿਖਾਉਂਦੇ ਆ ਬਾਈਆਂ ਦੀਆਂ। ਅਤੇ ਪਹਿਲਾਂ ਆਪਾਂ ਦਿਖਾਵਾਂਗੇ ਇੱਧਰ ਚਿੱਟਾ ਬੱਕਰਾ, ਅਤੇ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਅਤੇ ਕਿਹੜਾ ਪਿੰਡ ਆਪਣਾ ਜੀ? ਭੜੀ ਆ। ਭੜੀ ਭੜੀ ਕੀ ਨਾਲ ਪਿੰਡ ਕਿਹੜਾ ਪੈਂਦਾ? ਭੜੀ ਦਾ ਕੋਲੜਾ। ਭੜੀ ਦਾ ਕੋਲੜਾ, ਇਹ ਕਿੱਥੇ ਜੇ ਪੈ ਗਿਆ ਪਿੰਡ? ਪੈ ਗਿਆ ਆਪਣੇ ਖੇੜੀ ਰੋਡ 'ਤੇ। ਅਤੇ ਜ਼ਿਲ੍ਹਾ ਕਿਹੜਾ ਪੈਂਦਾ ਜੀ? ਫਤਿਹਗੜ੍ਹ। ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪੈਂਦਾ। ਅਤੇ ਆਹ ਬੱਕਰਾ ਆਪਣਾ ਜੀ? ਅਤੇ ਇਹਦੀ ਕੀ ਡਿਟੇਲ ਹੈ ਜੀ? ਦੰਦ ਦੁੰਦ ਕਿੰਨੇ ਹੈ? ਦੰਦ 6 ਦੰਦ ਹੈ, ਮਤਲਬ 6 ਦੰਦ ਬੱਕਰਾ। 6 ਦੰਦ ਹੈ ਜੀ। 6 ਇਹ ਤੋਰ ਕੇ ਲਿਆਇਆ ਉਹਨਾਂ ਨੂੰ? ਦੇਖ ਸਕਦੇ ਹੋ ਪੂਰਾ ਨੁਗਰੇ ਘੋੜੇ ਵਰਗਾ ਬੱਕਰਾ। ਇਹ ਸੇਲ ਕਰਨਾ ਆਪਾਂ ਨੇ ਜੀ? ਅਤੇ ਕਿੰਨੇ ਪੈਸੇ ਮੰਗਦੇ ਹੋ ਜੇਕਰ ਇਹਦਾ ਮੁੱਲ ਦੀ ਗੱਲ ਕਰੀਏ? 60,000 ਰੁਪਏ। ਅਤੇ ਮੌਕੇ 'ਤੇ ਵੱਧ ਘੱਟ ਹੋ ਜੂਗਾ ਜੀ? ਹੋਜੂ। ਠੀਕ ਹੈ ਜੀ। ਅਤੇ ਜਿਹੜੇ ਵੀਰਾਂ ਨੇ ਲੋੜ, ਆਪਾਂ ਨੰਬਰ ਦੇ ਦਾਂਗੇ ਕੰਟੈਕਟ 'ਚ, ਅਤੇ ਬਾਈਆਂ ਨਾਲ ਗੱਲ ਕਰ ਸਕਦਾ। ਅਤੇ ਹੋਰ ਬੱਕਰੀਆਂ ਦਿਖਾਓ ਜੀ। ਅਤੇ ਹੁਣ ਆਪਾਂ ਬਾਈਆਂ ਦੀਆਂ ਬੱਕਰੀਆਂ ਦਿਖਾਵਾਂਗੇ। ਅਤੇ ਉੱਧਰ ਲੜਾਈ ਪੈ ਗਈ, ਚਲੋ ਕੋਈ ਗੱਲ ਨਹੀਂ, ਛਡਾ ਤੇ। ਚਲੋ ਕੋਈ ਨਾ, ਆਪਾਂ ਆਪਣਾ ਕੰਮ ਜਾਰੀ ਰੱਖੀਏ। ਹਾਂਜੀ, ਬੱਕਰੀਆਂ ਦਿਖਾਓ ਜੀ ਆਪਣੇ। ਬੱਕਰਾ ਬੰਦ ਹੋ ਇੱਧਰ। ਅਤੇ ਆਪਾਂ ਜੇਕਰ ਇਹ ਗੱਲ ਕਰੀਏ, ਕਿੰਨੇ ਕੁ ਸਮੇਂ ਤੋਂ ਕੰਮ ਕਰਦੇ ਆ ਜੀ? ਉਮਰ ਹੀ ਲੰਘ ਚੱਲੀ, ਦਾਦੇ ਪੜਦਾਦਿਆਂ ਤੋਂ ਲੈ ਕੇ ਪੀੜ੍ਹੀ ਹੋ ਗਈਆਂ ਜੀ ਇਸ ਕੰਮ 'ਚ। ਠੀਕ ਹੈ। ਅਤੇ ਬੱਕਰੀਆਂ ਦਿਖਾਓ ਆਪਣੇ, ਬੱਕਰਾ ਬੰਨ ਦਿਓ ਸਾਈਡ 'ਤੇ। ਅਤੇ ਬਾਈਆਂ ਦੀਆਂ ਬੱਕਰੀਆਂ, ਹਾਂਜੀ, ਇਹਦੀ ਕੀ ਡਿਟੇਲ ਹੈ ਜੀ? ਦੰਦ ਦੁੰਦ ਕਿਵੇਂ ਹੈ? ਦੂਜੇ 30 ਸੂਏ ਨੇ। ਅਤੇ ਇਹਦੇ ਬੱਚੇ ਬੁੱਚੇ ਕਿਵੇਂ ਆਉਂਦੇ ਨੇ ਜੀ? ਦੋ ਵੀ ਤਿੰਨ ਵੀ। ਅੱਛਾ, ਦੋ ਵੀ ਤਿੰਨ ਵੀ। ਅਤੇ ਘਰੇ ਨੇ ਆਪਣੇ ਦੇ ਬੱਚੇ ਜੀ? ਹਾਂਜੀ, ਘਰੇ ਨੇ ਬੱਚੇ ਨੇ। ਤੇ ਜੇਕਰ ਸੇਲ ਕਰ ਕਰੋਗੇ ਇਹਨੂੰ? ਸੇਲ ਕਰ ਦਿਓ। ਠੀਕ ਹੈ ਜੀ, ਸਾਰੇ ਵੇਚਦੇ ਦੁੱਧ ਦਾ ਪਿਆ। ਬੱਕਰੀਆਂ ਜੀ ਸਾਰੀਆਂ ਤੁਹਾਡੀਆਂ ਹੀ ਨੇ? ਇੱਕ ਘਰ ਦੀਆਂ ਨੇ ਜੀ? ਕਿੰਨੀਆਂ ਨੇ ਜੀ? ਕਿੰਨੇ ਚਿਰ ਤੋਂ ਰੱਖਦੇ ਹੋ ਜਨਾਬ ਬੱਕਰੀਆਂ? ਹੋ ਗਈਆਂ ਜੀ ਚੌਥੀ ਮਹੀਨੇ ਕੱਲਾ ਜਾਣੀ
ਚਲਦੀ ਹੋਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ। ਵਿੱਚੋਂ 5-7 ਬੱਕਰੀਆਂ 10 ਵੇਚੋਗੇ ਜੀ? ਬਾਈ ਦਾ ਨੰਬਰ ਐਡ ਕਰਿਓ ਵੀ ਕੈਮਰੇ ਵਾਲਾ। ਅੱਛਾ ਜੀ, ਕਿੰਨੇ ਜਣੇ ਆਏ ਅੱਜ ਉਰੇ? ਇੱਧਰ ਸ਼ੋਟ ਮਾਰ ਵੀ ਚਾਹ ਧਰਤੀ ਹੈ ਬੰਦੇ ਨੇ, ਆਪਾਂ ਚਾਹ ਨਹੀਂ ਦੇਈ ਪੁੱਛਦੇ ਹਾਂ ਬਾਈ ਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬਾਈਆਂ ਜੀ, ਚਾਹ ਦੀ ਵੀਡੀਓ ਬਣਾਵਾਂਗੇ ਆਪਾਂ। ਓ ਡੈਡੀ ਆ ਜੀ, ਆ ਜੋ ਰੇ, ਆ ਜਾ ਬਾਈ ਚਾਦਰੇ ਵਾਲਿਆ। ਬਾਈ ਜੀ ਦੀ ਵੀਡੀਓ ਪਕੀਲੀ ਦਾ ਸ਼ੋਟ ਮਾਰੂਗਾ ਨਾ। ਬਾਈ ਛੱਡ ਦੇ ਛੱਡ ਦੇ ਛੱਡ ਪਰੇ ਹੋ ਪਰੇ ਹੋ। ਤਾਜ਼ਾ ਫਰੈਸ਼ ਦੁੱਧ ਹੈ ਫਰਿੱਜ ਨਾਲੇ ਚੱਕੀ ਫਿਰਦੇ ਨੇ ਫਰਿੱਜ ਬਾਈ, ਦੁੱਧ ਉਹਦੀ ਕੱਢ ਲਾਂਗੇ ਤਾਜ਼ਾ ਜਮਾ। ਇਹ ਫਿਰ ਚਾਹੇ ਕਰਕੇ ਹੀ ਆ ਇੱਥੇ ਆਪਣੇ ਨਾਲ ਸਾਰੇ ਭੈਣ ਭਾਈ ਪੀਏਗੇ। ਤੁਰਤ ਫਰਿੱਜ ਬਾਈਆਂ ਦਾ ਜੀ, ਚਾਹ ਦਾ ਲੰਗਰ ਬਾਈਆਂ ਦਾ ਲਾਇਆ ਹੋਇਆ। ਜੋ ਪਾਲੀਆਂ ਦਾ ਕੰਮ ਹੈ ਮੰਗਲ ਚ ਜੰਗਲ ਲਾ ਕੇ ਜੀ, ਜੋ ਜਿਹੜਾ ਮਾਈ ਮਰਜ਼ੀ ਚਾਹ ਪੀ ਸਕਦਾ ਇਹਨਾਂ ਦੇ, ਬਿਨਾਂ ਪੈਸੇ ਫ੍ਰੀ ਲੰਗਰ ਬਾਈਆਂ ਦਾ। ਚਾਹ ਦਾ ਪਿੰਡ ਭੜੀ ਕੀ ਨਾਮ ਹੈ ਜੀ? ਕੇਸਰ ਪਿੰਡ ਭੜੀ ਤੋਂ ਜੀ ਚਾਹ ਦਾ ਲੰਗਰ ਲਾ ਰੱਖਿਆ ਬਾਬੇ ਦੇ ਮੇਲੇ ਤੇ। ਮਾਈ ਦਾ ਮੇਲਾ ਵੀ ਹੈ ਤੇ ਬੰਦਿਆਂ ਦਾ ਮੇਲਾ ਵੀ ਹੈ ਤੇ ਬੱਕਰੀਆਂ ਵਾਲਿਆਂ ਦਾ ਮੇਲਾ ਵੀ ਹੈ। ਜੇ ਕਿਸੇ ਮਾਈ ਨੂੰ ਚਾਹ ਮਾਨ ਹੋਵੇ ਤਾਂ ਬੱਕਰੀ ਲੈਣੀ ਹੈ ਜਾਂ ਮੇਲਾ ਲੈਣਾ, ਮਾਈ ਨੂੰ ਧੰਨਵਾਦ ਬਾਈ ਦਾ, ਬਹੁਤ ਬਹੁਤ ਸਵਾਗਤ ਕਰਦੇ ਆ ਦਿਨ ਦੁੱਗਣੇ। ਤੇ ਆਹ ਬੱਕਰੇ ਨੇ ਕਈ ਮੇਲੇ ਚ ਦੁਨੀਆਂ ਦੀਵਾਨੀ ਕਰਤੀ, ਸਾਰੇ ਮੇਲੇ ਚ ਤਕੜਾ ਬੱਕਰਾ ਦੇਖਿਆ ਆਪਾਂ ਨੇ, ਤੇ ਹੋਰ ਵੀ ਬਹੁਤ ਹੀ ਤਕੜਾ ਬੱਕਰਾ ਤੇ ਤੋਰ ਕੇ ਦਿਖਾਵਾਂਗੇ ਬੱਕਰਾ। ਤੇ ਜੇਕਰ ਆਪਾਂ ਜੇ ਕੱਦ ਦੀ ਗੱਲ ਕਰੀਏ ਬਾਈਆਂ ਤੋਂ ਪੁੱਛਾਂਗੇ, ਬਹੁਤ ਹੀ ਤਕੜਾ ਬੱਕਰਾ ਦੇਖਿਆ ਅੱਜ, ਬਹੁਤ ਹੀ ਟਾਈਮ ਬਾਅਦ ਤੋਰੋ। ਇੱਧਰ ਨੂੰ ਤੋਰਿਓ ਜੀ ਬਾਬਾ ਜੀ, ਹੁਣ ਦੇਖ ਸਕਦੇ ਹੋ ਬੱਕਰੇ ਦਾ। ਇਹ ਇਹੋ ਜਿਹੇ ਬੱਕਰੇ ਬਹੁਤ ਹੀ ਘੱਟ ਯੂਟਿਊਬ ਚੈਨਲਾਂ 'ਤੇ ਮਿਲਣਗੇ ਤੁਹਾਨੂੰ ਦੇਖਣ ਨੂੰ। ਇਹ ਹੈ ਬਾਈ ਦਾ ਬੱਕਰਾ, ਉਰੀ ਖੜਾ ਲਾ ਉਰੀ, ਪੂਰਾ ਸ਼ੇਰ ਵਰਗਾ ਬੱਕਰਾ। ਅਤੇ ਹਾਂਜੀ, ਇਹਦੀ ਵੀ ਬੱਕਰੇ ਦੀ ਗੱਲ ਕਰੀਏ ਆਪਾਂ, ਇਹ ਆਪਣਾ ਘਰ ਦਾ ਬੱਚਾ ਜੀ, ਇਹ ਹੈਗਾ ਘਰ ਦਾ ਸੀਗਾ, ਆਪਾਂ ਇਹ ਵੇਚਣਾ ਨਹੀਂ ਸੀਗਾ, ਠੀਕ ਹੈ? ਹਾਂ ਜੀ, ਇਹ ਛੱਡਿਆ ਹੋਇਆ ਹੈ ਕਿਤੇ, ਠੀਕ ਹੈ ਜੀ, ਬਾਬਿਆਂ ਦੇ ਰੋਂਦਾ ਛੱਡਿਆ, ਠੀਕ ਹੈ ਜੀ। ਤੇ ਜੇਕਰ ਆਪਾਂ ਇਹਦੇ ਬੱਚਿਆਂ ਦੀ ਗੱਲ ਕਰੀਏ, ਬੱਚੇ ਸੇਲ ਕਰਦੇ ਇਹਦੇ? ਸੇਲ ਕਰੀ ਜਾਈਦੀ, ਠੀਕ ਹੈ ਜੀ। ਤੇ ਬਾਈਆਂ ਨਾਲ ਕੰਟੈਕਟ ਕਰ ਸਕਦੇ ਹੋ, ਪੰਜਾਬ ਦਾ ਬਹੁਤ ਹੀ ਤਕੜਾ ਬੱਕਰਾ ਦਿਖਾਇਆ ਅੱਜ ਆਪਾਂ ਯੂਟਿਊਬ ਚੈਨਲ 'ਤੇ ਆਪਣੇ 'ਤੇ, ਅਤੇ ਇਹਦੇ ਬੱਚੇ ਸੇਲ ਕਰ ਦਿੰਦੇ ਨੇ ਬਾਈ, ਅਤੇ ਬੱਚੇ ਸੇਲ ਅਤੇ ਆਪਾਂ ਨੰਬਰ ਜ਼ਰੂਰ ਦੇ ਦਾਂਗੇ ਬਾਈਆਂ ਦਾ, ਜਿਹੜਿਆਂ ਨੇ ਬੱਚੇ ਦੀ ਚਾਹਵਾਨ ਹੋਵੇ ਇਹਨਾਂ ਤੋਂ ਲੈ ਸਕਦਾ ਬੱਚਾ। ਅਤੇ ਇਹਦੇ ਕੱਦ ਦੀ ਗੱਲ ਕਰੀਏ ਜੀ, ਕੱਦ ਕਿੰਨਾ ਕੁ ਇਹਦਾ? 50 ਇੰਚ ਦੇ ਲਗਭਗ, ਅਤੇ 50 ਇੰਚ ਦਾ ਬੋਕ ਅੱਜ ਆਪਾਂ ਯੂਟਿਊਬ ਚੈਨਲ 'ਤੇ ਦਿਖਾ ਰਹੇ ਹਾਂ ਆਪਣੇ 'ਤੇ, ਬਹੁਤ ਹੀ ਤਕੜਾ ਜੈੱਡ ਬਲੈਕ। ਅਤੇ ਦੰਦੋਂ ਕਿੰਨਾ ਜੀ ਇਹ? ਪੂਰਾ ਜਵਾਨ ਬੱਕਰਾ, ਜਵਾਨੀ 'ਚ ਆਇਆ ਹੋਇਆ ਦੇਖ ਸਕਦੇ ਹੋ ਤੁਸੀਂ। ਇਹਦੇ ਟੈਸਟੀਕਲਾਂ ਦੀ ਗੱਲ ਕਰਿਓ, ਅੱਗੇ ਕਰਿਓ ਜੀ, ਟੈਸਟੀਕਲ ਪੂਰੇ ਓਕੇ ਦੀ ਰਿਪੋਰਟ ਨੇ ਬੱਕਰੇ ਦੇ, ਪੂਰਾ ਕੰਪੀਟੀਸ਼ਨ ਵਾਲਾ ਤਕੜਾ ਬੋਕ ਹੈ। ਤੇ ਜ਼ਰੂਰ ਕੰਟੈਕਟ ਕਰਿਓ ਬਾਈਆਂ ਨੇ। ਹਾਂ ਜੀ, ਜਦੋਂ
ਗੱਡੀ ਚੜ੍ਹ ਲੈਣਾ ਉਹ। ਠੀਕ ਹੈ ਜੀ, ਤੇ ਨੰਬਰ ਲੈ ਲਿਓ ਜੀ, ਨੰਬਰ ਲਾ ਲਿਓ ਮੂਹਰੇ। ਠੀਕ ਹੈ ਜੀ, ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ, ਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਚੈਨਲ ਨੂੰ। ਬਾਈਆਂ ਨੂੰ ਵੀਡੀਓ ਚੰਗੀ ਲੱਗੇ ਜੇ ਬਾਈ, ਆਪਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਸਾਰਿਆਂ ਨੂੰ, ਆਪਣੇ ਚੈਨਲ ਨੂੰ ਸਰਪੰਕ ਕਰਿਆ ਕਰੋ ਸਾਰੇ। ਠੀਕ ਹੈ, ਇਹ ਵੋਟਾਂ ਦਾ ਨੋਟਾਂ ਦਾ ਮਸਲਾ ਹੈ, ਜੇ ਬਾਈਆਂ ਨੂੰ ਚੰਗੀ ਲੱਗੇ ਵੀਡੀਓ ਤਾਂ ਕਮੈਂਟ ਜ਼ਰੂਰ ਕਰਿਓ ਬਾਈ ਜੀ। ਰਾਜੂ ਬੋਲਦਾ, ਹਾਂਜੀ ਰਾਜੂ ਬੋਲਦਾ, ਕਿਹਾ ਜਾ ਮਾੜਾ ਚੰਗਾ ਬੌਲਾ ਬੰਦਾ ਰਾਜੂ ਬੋਲਦਾ, ਬੋਲੇ ਨੀ ਬੰਬੀਹਾ, ਬੋਲੇ ਬੋਲੇ ਦਿਨ ਭਰ ਰਾਤ ਨੀ ਬੰਬੀਹਾ ਬੋਲੇ, ਇਹ ਬੰਬੀਹਾ ਮੰਡੀਆਂ ਚ ਬੋਲਦਾ, ਕਦੇ ਇੱਥੇ ਬੋਲਦਾ ਕਦੇ ਉੱਥੇ ਬੋਲਦਾ, ਇਹ ਬੰਬੀਹਾ ਬੋਲਦਾ। ਠੀਕ ਹੈ, ਖੜਕੇ ਬੱਕਰੀਆਂ ਦੇ ਵਿੱਚ ਬੰਬੀਹਾ ਬੋਲਦਾ, ਖੁਸ਼ ਹੋ ਜੀ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ।